ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਵਿੱਟਰ ਨੂੰ ਯਾਨੀ ਕਿ ਐਕਸ ਨੂੰ ਹੀ ਨੋਟਿਸ ਭੇਜ ਦਿੱਤਾ ਆ। ਇੱਕ ਵੈਬਸਾਈਟ, ਇੱਕ ਸੋਸ਼ਲ ਮੀਡੀਆ ਵੈਬਸਾਈਟ ਹੈ ਐਕਸ, ਜਿਹੜੀ ਕਿ ਪਹਿਲਾਂ twitter.com ਦੇ ਨਾਂ ਤੋਂ ਜਾਣੀ ਜਾਂਦੀ ਸੀ, ਟਵਿੱਟਰ ਦੇ ਨਾਂ ਤੋਂ ਜਾਣੀ ਜਾਂਦੀ ਸੀ, ਉਸ ਵੈਬਸਾਈਟ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇੱਕ ਬਹੁਤ ਵੱਡੀ ਵੈਬਸਾਈਟ ਹੈ ਜਿਸ ਦੇ ਉੱਤੇ ਖਾਸ ਕਰਕੇ ਭਾਰਤ ਅੰਦਰ ਸਿਆਸਤਦਾਨ ਜ਼ਿਆਦਾ ਰੁਝੇਵਾਂ ਰੱਖਦੇ ਨੇ, ਉਸ ਵੈਬਸਾਈਟ ਨੂੰ SGPC ਨੇ ਨੋਟਿਸ ਭੇਜ ਦਿੱਤਾ ਆ। ਕਿਉਂ ਭੇਜਿਆ ਆ ਉਹ ਦੱਸ ਦਿੰਦੇ ਹਾਂ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੈਰੋਡੀ ਅਤੇ ਜਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਬਣੇ ਹੋਏ ਖਾਤੇ ਦਾ ਜ਼ਿਕਰ ਕੀਤਾ ਆ, ਜਿਹੜਾ ਖਾਤਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਪੋਸਟਾਂ ਪੈਰੋਡੀ ਬਣਾ ਕੇ ਉਹ ਅਪਲੋਡ ਕਰਦਾ ਆ, ਸਾਂਝੀਆਂ ਕਰਦਾ ਆ, ਉਸ ਬਾਰੇ ਨੋਟਿਸ ਦੇ ਵਿੱਚ ਜਾਣੂ ਕਰਵਾਇਆ ਆ ਔਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦਰਅਸਲ ਇਸ ਮਾਮਲੇ ਸੰਬੰਧੀ ਜਾਣਕਾਰੀ ਮੁਤਾਬਕ 20 ਨਵੰਬਰ ਨੂੰ ਇੱਕ ਅੰਤਰਿੰਗ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਬਣੀ ਕਮੇਟੀ ਦੇ ਫੈਸਲੇ ਮੁਤਾਬਕ ਹੀ ਇਹ ਕਾਰਵਾਈ ਕੀਤੀ ਗਈ ਹੈ, ਇਹ ਨੋਟਿਸ ਭੇਜਿਆ ਗਿਆ ਆ। ਇਸ ਨੋਟਿਸ ਦੇ ਵਿੱਚ ਕਾਰਵਾਈ ਦੀ ਮੰਗ ਪੁਖਤਾ ਰੂਪ ਦੇ ਵਿੱਚ ਮੰਗੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਹੀ ਇੱਕ ਟਵਿੱਟਰ ਪੇਜ ਬਣਿਆ ਹੋਇਆ, ਇੱਕ ਐਕਸ ਪੇਜ ਬਣਿਆ ਹੋਇਆ ਆ, ਜਿਹੜਾ ਪੈਰੋਡੀ ਪੋਸਟਾਂ ਸਾਂਝੀਆਂ ਕਰਦਾ ਆ, ਜਾਲੀ ਪੋਸਟਾਂ ਸਾਂਝੀਆਂ ਕਰਦਾ ਆ ਔਰ ਉਹਨਾਂ ਪੋਸਟਾਂ ਦੇ ਮੁਖਾਤਬ ਹੋ ਕੇ ਉਹਨਾਂ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਦੇ ਵੱਲੋਂ ਇਹ ਨੋਟਿਸ ਭੇਜਿਆ ਗਿਆ ਆ। ਉਹਨਾਂ ਨੇ ਸਾਫ਼ ਤੌਰ 'ਤੇ ਉਸ ਨੋਟਿਸ ਦੇ ਵਿੱਚ ਲਿਖਿਆ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਦੇ ਉੱਤੇ ਧਰਮ ਦੇ ਖਿਲਾਫ਼, ਸਿੱਖ ਧਰਮ ਦੇ ਖਿਲਾਫ਼ ਅਪਮਾਨਜਨਕ ਪੋਸਟ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਲੋਕਾਂ ਦੇ ਵਿੱਚ ਧਾਰਮਿਕ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਮ ਦਾ ਗਲਤ ਪ੍ਰਚਾਰ ਜਿਹੜਾ ਉਹ ਇਸ ਪੇਜ ਜ਼ਰੀਏ ਕੀਤਾ ਜਾ ਰਿਹਾ, ਜਿਸ ਦੇ ਵਾਸਤੇ ਇਸ ਉੱਤੇ ਜਲਦ ਤੋਂ ਜਲਦ ਨਕੇਲ ਕੱਸਣ ਦੀ ਲੋੜ ਹੈਗੀ ਹੈ। ਇਹ ਨੋਟਿਸ ਐਕਸ ਨੂੰ ਭੇਜ ਦਿੱਤਾ ਗਿਆ ਆ, ਲਿਖਤੀ ਨੋਟਿਸ ਭੇਜਿਆ ਗਿਆ, ਕਾਨੂੰਨੀ ਨੋਟਿਸ ਭੇਜਿਆ ਗਿਆ ਆ। ਟਵਿੱਟਰ ਨੂੰ ਜਿਹੜਾ ਕਿ ਹੁਣ ਐਕਸ ਦੇ ਨਾਂ ਨਾਲ ਜਾਣਿਆ ਜਾਂਦਾ, ਉਸ ਨੂੰ ਇਹ ਨੋਟਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤਾ ਗਿਆ। ਉਸ ਨੋਟਿਸ ਦੇ ਵਿੱਚ ਸਾਫ਼ ਕਿਹਾ ਗਿਆ ਕਿ ਇਹੋ ਜਿਹੇ ਪੇਜਸ ਜਿਹੜੇ ਨੇ ਉਹ ਭਾਰਤ ਦੇ ਟੈਕਨੋਲੋਜੀ ਅਤੇ ਸੂਚਨਾ ਐਕਟ 201 ਅਤੇ ਭਾਰਤ ਦੇ ਟੈਕਨੋਲੋਜੀ ਅਤੇ ਸੂਚਨਾ ਨਿਯਮ 221 ਦੀ ਸਾਫ਼ ਉਲੰਘਣਾ ਕਰਦੇ ਨੇ ਔਰ ਇਸੇ ਵਾਸਤੇ ਇਹਨਾਂ ਦੇ ਉੱਤੇ ਨਕੇਲ ਕੱਸਣ ਦੀ ਲੋੜ ਹੈ, ਇਹਨਾਂ ਨੂੰ ਬੰਦ ਕਰਨ ਦੀ ਲੋੜ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।